ਐਸਡੀਐਮ ਨਕੋਦਰ ਨੂੰ ਸੌਂਪਿਆ ਮੰਗ ਪੱਤਰ। ਨਕੋਦਰ ਵਿੱਚ ਧਾਰਮਿਕ ਜਥੇਬੰਦੀਆਂ ਅਤੇ ਨਕੋਦਰ ਕਸਬੇ ਦੇ ਪਤਵੰਤੇ ਲੋਕ ਇਕੱਠੇ ਹੋ ਕੇ ਸ਼੍ਰੀ ਹਨੂੰਮਾਨ ਮੰਦਿਰ ਦੁਸਹਿਰਾ ਗਰਾਊਂਡ ਨਕੋਦਰ ਤੋਂ ਐਸਡੀਐਮ ਕੋਰਟ ਨਕੋਦਰ ਗਏ ਅਤੇ ਐਸਡੀਐਮ ਅਮਿਤ ਕੁਮਾਰ ਪੰਚਾਲ ਐਸਪੀ ਹੈੱਡਕੁਆਟਰ ਰਵਿੰਦਰਪਾਲ ਜੀ ਨੂੰ ਇੱਕ ਮੰਗ ਪੱਤਰ ਸੌਂਪਿਆ, ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਹਾਲ ਹੀ ਵਿੱਚ ਕੁਝ ਲੋਕਾਂ ਨੇ ਇੱਕ ਮੰਗ ਪੱਤਰ ਸੌਂਪਿਆ ਸੀ, ਜਿਸ ਵਿੱਚ ਉਹਨਾਂ ਲੋਕਾਂ ਨੇ ਕਿਹਾ ਹੈ ਕਿ ਦੁਸਹਿਰੇ ਵਾਲੇ ਦਿਨ ਨਕੋਦਰ ਵਿੱਚ ਰਾਵਣ ਕੁੰਭਕਰਨ ਮੇਘਨਾਥ ਦੇ ਜੋ ਪੁਤਲੇ ਸਾੜੇ ਜਾਂਦੇ ਹਨ ਉਹਨਾਂ ਨੂੰ ਰੋਕਿਆ ਜਾਵੇ। ਉਹਨਾਂ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਮੰਗ ਪੱਤਰ ਦਿੱਤਾ ਉਹਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਜਿਸ ਤੋਂ ਬਾਅਦ ਅਮਿਤ ਕੁਮਾਰ ਪੰਚਾਲ ਐਸਡੀਐਮ ਨਕੋਦਰ ਨੇ ਵਿਸ਼ਵਾਸ ਦਵਾਇਆ ਹੈ ਕਿ ਇਸ ਦਿਨ ਕੋਈ ਅਣਸੁਖਾਵੀਂ ਘਟਨਾ ਨਾ ਘਟੇ, ਇਸ ਦੇ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਦੁਸਹਿਰੇ ਵਾਲੇ ਦਿਨ ਹਰ ਤਰ੍ਹਾਂ ਦੇ ਠੋਸ ਪ੍ਰਬੰਧ ਕੀਤੇ ਜਾਣਗੇ। ਦੇਖੋ, ਵਿਸ਼ਾ ਇਹ ਸੀ, ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਚਰਨ ਦਾਸ ਜੀ ਦੀ, ਮਹਾਰਾਜ ਜੀ ਦੀ ਅਪਾਰ ਕਿਰਪਾ ਦੇ ਨਾਲ, ਮੋਨੀ ਬਾਬਾ ਜੀ ਦੇ ਆਸ਼ੀਰਵਾਦ ਦਾ ਸਦਕਾ, ਗੋਬਿੰਦ ਮਹਾਰਾਜ ਜੀ ਦੀ ਦੇਖ ਰੇਖ ਦੇ ਵਿੱਚ 209ਵਾਂ ਦੁਸਹਿਰਾ ਮਨਾਇਆ ਜਾ ਰਿਹਾ। ਅਸੀਂ ਇੱਕ ਝੰਡੇ ਹੇਠਾਂ, ਇੱਕ ਸ਼ਹਿਰ ਹੇਠਾਂ ਦੁਸਹਿਰਾ ਮਨਾਉਣ ਦੀ ਹਮੇਸ਼ਾ ਕੋਸ਼ਿਸ਼ਾਂ ਕਰਦੇ ਹਾਂ, ਔਰ ਲੋਕਾਂ ਦੇ ਸਹਿਯੋਗ ਦੇ ਨਾਲ, ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਸਾਰੀਆਂ ਕਮਿਊਨਿਟੀਆਂ ਇਕੱਠੇ ਹੋ ਕੇ ਇਹ ਦੁਸਹਿਰੇ ਨੂੰ ਮਨਾਇਆ ਜਾਂਦਾ। ਦੇਖੋ, ਸਬ ਡਿਵੀਜ਼ਨਲ ਮੈਜਿਸਟਰੇਟ ਸਾਹਿਬ ਨੇ ਦੇ ਕੋਲ ਗਏ ਹਾਂ ਅਸੀਂ, ਸਾਰਾ ਵਫਦ ਗਿਆ ਨਕੋਦਰ ਸ਼ਹਿਰ ਦਾ, ਬੜੇ ਵੱਡੇ ਵੱਡੇ ਲੀਡਰ ਸਾਹਿਬਾਨ ਸਾਡੇ ਨਾਲ ਗਏ ਆ, ਸਾਰੇ ਨਕੋਦਰ ਦੀਆਂ ਸਿਆਸੀ ਪਾਰਟੀਆਂ ਦੇ ਲੀਡਰ ਇਸ ਮੰਚ 'ਤੇ ਇਕੱਠੇ ਹੋ ਕੇ ਗਏ ਨੇ ਕਿ ਨਕੋਦਰ 'ਚ ਅਸੀਂ ਹਮੇਸ਼ਾ ਅਮਨ ਸ਼ਾਂਤੀ ਰੱਖੀ ਆ ਔਰ ਰੱਖਣ ਦੇਵਾਂਗੇ ਔਰ ਰੱਖਣੀ ਹੈ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਇਹੋ ਜਿਹਾ ਕਰਮ ਨਹੀਂ ਕਰਨ ਦੇਣਾ ਕਿਹਦੇ ਨਾਲ ਨਕੋਦਰ ਦੇ ਹਾਲਾਤ ਵਿਗੜਨ। ਔਰ ਪ੍ਰਸ਼ਾਸਨ ਕੋ ਇਹ ਮੰਗ ਕਰਨ ਗਏ ਨੇ ਕਿ ਇਹਨਾਂ ਨੇ ਇੱਕ ਲੈਟਰ ਪੈਡ 'ਤੇ ਮੈਮੋਰੰਡਮ ਦਿੱਤਾ ਜਿਸ ਵਿੱਚ ਬਾਬਾ ਸਾਹਿਬ ਅੰਬੇਦਕਰ ਸਾਹਿਬ ਦਾ ਨਾਮ ਲਿਖਿਆ ਹੈ। ਮੈਂ ਇਹਨਾਂ ਵਿਅਕਤੀਆਂ ਨੂੰ ਪੁੱਛਣਾ ਚਾਹੁੰਦਾ, ਬਾਬਾ ਸਾਹਿਬ ਸਰਬਤ ਦੇ ਬਾਬਾ ਸਾਹਿਬ ਸੀ, ਉਹਨਾਂ ਨੇ ਹਮੇਸ਼ਾ ਜਾਤਾਂ ਪਾਤਾਂ ਤੋਂ ਉੱਠ ਕੇ ਹਰ ਇਨਸਾਨ ਨੂੰ ਇੱਕ ਪਲੇਟਫਾਰਮ 'ਤੇ ਖੜ੍ਹੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਦੇਖੋ, ਗੱਲ ਇਹ ਹੈ ਵੀ ਐਸਡੀਐਮ ਆਫਿਸ 'ਚ ਸਾਰੇ ਜਲੰਧਰ ਨਕੋਦਰ ਦੇ ਨਿਵਾਸੀ ਸਾਰੇ ਸਾਰੀਆਂ ਪਾਰਟੀਆਂ ਦੇ ਇਕੱਠੇ ਹੋਏ ਸੀਗੇ, ਔਰ ਸਾਡੇ ਡੀ ਐਸ ਪੀ ਨਕੋਦਰ, ਸਾਡੇ ਐਸ ਐਸ ਓ ਵੀ ਸਾਰੇ ਉੱਥੇ ਸੀ। ਸਾਰਿਆਂ ਦੀਆਂ ਗੱਲਾਂ ਸੁਣੀਆਂ ਹੈਗੀਆਂ। ਉਹਨਾਂ ਦਾ ਇਹ ਮਨ 'ਚ ਜਿਹੜਾ ਸ਼ਿਕਵਾ ਸੀਗਾ ਵੀ ਜਿਹੜਾ ਕੁਝ ਬੰਦਿਆਂ ਨੇ ਕੋਈ ਮੈਮੋਰੰਡਮ ਦਿੱਤਾ ਹੈਗਾ ਵੀ ਜਿਹੜਾ ਪੁਤਲੇ ਲਾਏ ਜਾਂਦੇ ਨੇ ਰਾਵਣ ਦੇ ਅਤੇ ਕੁੰਭਕਰਨ ਦੇ, ਵੀ ਇਹ ਨਹੀਂ ਹੋਣਾ ਚਾਹੀਦਾ। ਉਹਨਾਂ ਦੇ ਕਰਕੇ ਇਹਨਾਂ ਨੂੰ ਮਹਿਸੂਸ ਹੋਇਆ ਕਿ ਸਾਡਾ ਬੜੇ ਸਰੀਆਂ ਪੁਰਾਣਾ ਚੱਲਦਾ ਆ ਰਿਹਾ, ਸਾਡੀ ਭਾਵਨਾ ਸੋਚੀ ਹੈ ਉਹਦੇ ਬਾਰੇ। ਫਿਰ ਸਾਰਾ ਇਹਨਾਂ ਨੂੰ ਲੋਕਾਂ ਨੂੰ, ਨਕੋਦਰ ਨਿਵਾਸੀਆਂ ਨੂੰ ਔਰ ਮੈਂ ਜਲੰਧਰ ਨਿਵਾਸੀਆਂ ਨੂੰ ਵੀ ਦੱਸਣਾ ਚਾਹੁੰਦਾ ਵੀ ਇੱਥੇ ਕਿਹੋ ਜਿਹੀ ਕੋਈ ਗੱਲ ਨਹੀਂ। ਸਾਰਾ ਇਹ ਇਤਿਹਾਸ ਸਾਡੇ ਬੜੇ ਪੁਰਾਣੇ ਨੇ, ਸਦੀਆਂ ਪੁਰਾਣੇ ਚੱਲਦੇ ਆ ਰਹੇ ਨੇ, ਇਹਦੇ ਕਰਕੇ ਪੂਰਾ ਸਿਕਿਉਰਿਟੀ ਅਰੇਂਜਮੈਂਟ ਕੀਤੇ ਹੋਏ ਨੇ ਔਰ ਪੂਰੇ ਵਧੀਆ ਤਰੀਕੇ ਨਾਲ ਮਨਾਏ ਜਾਣਗੇ।